ਦਿਲਜੀਤ ਦਸਾਂਜ ਮੇਡ ਸਿਆ ਸੰਜਨ ਪੰਜਾਬੀ ਸਿਆ ਜੋ ਕਿ ਹਾਲੀਵੁੱਡ ਸਿੰਗਰ ਨੇ ਜਿਨ੍ਹਾਂ ਨੇ ਬਿዮਨਸੇ ਲਈ ਵੀ ਗਾਣੇ ਲਿਖੇ ਨੇ ਉਹਨਾਂ ਨੇ ਦਿਲਜੀਤ ਦਸਾਂਜ ਦੇ ਨਾਲ ਪੰਜਾਬੀ ਵਿੱਚ ਗਾ ਕੇ ਗੀਤ ਕੀਤਾ ਹੈ ਸਿਆ ਇੱਕ ਇੰਟਰਨੈਸ਼ਨਲ ਸਿੰਗਰ ਤੇ ਬਹੁਤ ਹੀ ਵਧੀਆ ਰਾਈਟਰ ਜਿਨ੍ਹਾਂ ਨੇ ਬਿዮਨਸੇ ਤੱਕ ਲਈ ਗਾਣੇ ਲਿਖੇ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਜਿਹੜਾ ਰੀਸੈਂਟਲੀ ਉਹਨਾਂ ਨੇ ਗਾਣਾ ਗਾਇਆ ਹੈ ਉਹਨਾਂ ਨੇ ਆਪ ਨਹੀਂ ਲਿਖਿਆ ਆ ਮੀਨ ਬਾਕੀ ਤਾਂ ਉਹਨੇ ਆਪੇ ਲਿਖਿਆ ਇੰਗਲਿਸ਼ ਆਲਾ ਪਰ ਜਿਹੜਾ ਪੰਜਾਬੀ ਵਾਲਾ ਵਰਜ਼ਨ ਆ ਨਾ ਉਹਦੇ ਆ ਲਿਰਿਕਸ ਦਿਲਜੀਤ ਦਸਾਂਜ ਨੇ ਦਿੱਤੀਆਂ ਨੇ ਪਤਾ ਤੁਹਾਡੇ ਮਨ 'ਚ ਸਵਾਲ ਆਇਆ ਹੋਵੇਗਾ ਕਿ ਦਿਲਜੀਤ ਦਸਾਂਜ ਇਸ ਨਾਟ ਅ ਲਿਰਿਸਟ ਉਹ ਤਾਂ ਗੀਤ ਨਹੀਂ ਲਿਖਦੇ ਜੀ ਹਾਂ ਦਿਲਜੀਤ ਗੀਤ ਨਹੀਂ ਲਿਖਦੇ ਪਰ ਉਹਨਾਂ ਦਾ ਕਹਿਣਾ ਹੈ ਕਿ ਕਦੀ ਕਦੀ ਉਹ ਅੰਤਰੇ ਮਿਲਾ ਕੇ ਮਾੜੀਆਂ-ਮੋਟੀਆਂ ਤੁਕਾਂ ਜੋੜ ਲੈਂਦੇ ਨੇ ਤੇ ਇਸੇ ਕਰਕੇ ਕਿਉਂਕਿ ਸਿਆ ਨੇ ਪਹਿਲਾਂ ਤੋਂ ਹੀ ਇੰਗਲਿਸ਼ ਦੇ ਵਿੱਚ ਪੂਰਾ ਸੌਂਗ ਲਿਖ ਲਿਆ ਸੀ ਜਦੋਂ ਦੀ ਕੰਪੋਜੀਸ਼ਨ ਵੀ ਬਣਾ ਲਈ ਸੀ ਇਸ ਲਈ ਦਿਲਜੀਤ ਦਸਾਂਜ ਨੇ ਉਹ ਐਂਡ ਵਾਲਾ ਪੰਜਾਬੀ ਪੈਰਾ ਖੁਦ ਹੀ ਉੱਥੇ ਬੈਠ ਕੇ ਲਿਖਿਆ ਪੰਜਾਬ ਦੇ ਲੋਕ ਜਿਥੇ ਇੰਗਲਿਸ਼ ਨੂੰ ਬਹੁਤ ਜ਼ਿਆਦਾ ਉੱਚਾ ਦਰਜਾ ਦੇ ਕੇ ਆਪਣੀ ਭਾਸ਼ਾ ਨੂੰ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਨੇ ਉੱਥੇ ਦਿਲਜੀਤ ਦਸਾਂਜ ਨੇ ਹਾਲੀਵੁੱਡ ਦੀ ਸਿੰਗਰ ਸਿਆ ਤੋਂ ਪੰਜਾਬੀ ਦੇ ਵਿੱਚ ਗਾਣਾ ਗਵਾ ਕੇ ਇਤਿਹਾਸ ਹੀ ਰਚ ਦਿੱਤਾ ਇਸ ਮਾਸਟਰਪੀਸ ਨੇ ਤਾਂ ਪੰਜਾਬੀ 뮤זיਕ ਇੰਡਸਟਰੀ ਨੂੰ ਇਥੋਂ ਇੱਥੇ ਚੱਕ ਦਿੱਤਾ ਹੈ ਯਾਨੀ ਫਰਸ਼ ਤੋਂ ਫਲਕ ਤੱਕ ਲੈ ਗਿਆ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਖੁਦ ਇਨਾ ਪਾਸ਼ਨ ਕਿਉਂ ਦੇ ਜਾ ਰਹੀ ਹਾਂ ਆਪਾਂ ਦਲਜੀਤ ਦੀ ਜ਼ੁਬਾਨੀ ਸੁਣਦੇ ਹਾਂ ਕਿ ਉਹਨਾਂ ਦਾ ਇਸ ਹਾਸਾਸ Song ਦੇ ਨਾਲ ਰਿਲੇਟਡ ਕੀ ਐਕਸਪੀਰੀਅੰਸ ਰਿਹਾ ਤੇ ਉਹਨਾਂ ਦੇ ਇਸ ਬਾਰੇ ਕੀ ਵਿਚਾਰ ਰਹੇ ਨੇ ਹਾਸਾਸ ਸਿਰਜਣ ਦੀ ਤੋਰ ਵੀ ਸਮਾ ਲੋ ਮੈਂ ਪਹਿਲੀ ਵਾਰ ਹੀ ਮਿਲਿਆ ਆਦਾ ਰੂਸੀਆ ਜੀ ਤੋਂ ਬੜੇ ਕਮਾਲ ਦੇ ਆਰਟਿਸਟ ਬ్రో ਮੈਂ ਜਦੋਂ ਵੋਕਲ ਸੁਣੀ ਜਾ ਕੇ ਮੈਂ ਤਾਂ ਫਲੈਟ ਇਹ ਜਦੋਂ ਤੇ ਫਲੈਟ ਹੋ ਗਿਆ ਇਹ ਜਦੋਂ ਤੇ ਫਲੈਟ ਹੋ ਗਿਆ ਫਿਰ ਫਲੈਟ ਹੋ ਗਿਆ ਮੈਂ ਯਾਰ ਕੀ ਆ ਬਾਤ ਹੈ ਦੇ ਉਹਦੇ ਆਪਣਾ ਪਹਿਲੇ ਗਾਣਾ ਪੜਾਇਆ ਹੋਇਆ ਸੀ ਉਹਦੇ ਤੇ ਮੈਂ ਗਾਣਾ ਜਾ ਕੇ ਗਾਇਆ ਉਹਨਾਂ ਦੇ ਆਲਰੇਡੀ ਆਪਣੀ ਬਣਾਈ ਹੋਈ ਸੀ ਕੰਪੋਜੀਸ਼ਨਾਂ ਦਾ ਕੋਈ ਪੜਾਇਆ ਹੋਇਆ ਸੀ ਤੇ ਮੈਂ ਜਾ ਕੇ ਐਡ ਕੀਤਾ ਦਨ ਕਲ ਹੋ ਗਈ ਕਹਿੰਦੇ ਵੀ ਯਾਰ ਕੁਛ ਪੰਜਾਬੀ ਚ ਗਵਾ ਚਾਹੀਦਾ ਮੈਂ ਤਾਂ ਚਾਹਦਾ ਜਿਹੜੇ ਬੰਦੇ ਨੂੰ ਮੈਨਾ ਥੋੜਾ ਥੋੜਾ ਪੰਜਾਬੀ ਚ ਗਵਾਵਾਂ ਤੇ ਉਹ ਆਪ ਬਹੁਤ ਇੰਟਰਸਟ ਸੀ ਪੰਜਾਬੀ ਗਾਉਣ ਦੇ ਉਹ ਕਹਿੰਦੇ ਮੈਂ ਗਾਉਂਗੀ ਤੇ ਹਨਾ ਪੰਜਾਬੀ ਚ ਤੇ ਦਿਓ ਮੈਨੂੰ ਗਾਉ ਤੇ ਹੋਰ ਰਾਈਟਰ ਤਾਂ ਕੋਈ ਨਹੀਂ ਬੈਰ ਰਾਈਟਰ ਦੇ ਆ ਤੇ ਸਮਝ ਆਵੇ ਨਾ ਵੀ ਮੁਰਕੀ ਨੂੰ ਤਾਰ ਦੇਖਣ ਲੋ ਮੇਰੇ ਮਿਊਜ਼ਿਕ ਚੱਲਿਆਦਾ ਇਹ ਬੈਗ ਜੱਟ ਆਉਣਾ ਹਾਫ ਹੀ ਗਿਆ ਪੇੜਾ ਵੇਲੇ ਹਲੇ ਨਾ ਡਾਊਨ ਬੈਕ ਆ ਵੀ ਵੀ ਡੂ ਬਲੇ ਲਾਤ ਨੂੰ ਤਨੇ ਨੂੰ ਪੂਰੀ ਕਰਾ ਦੇਣਾ ਬਹੁਤ ਬੜਾ ਦੇਖਿਆ ਪਰ ਮੈਂ ਉਹ ਬੋਏ ਨਹੀਂ ਖਵਾ ਦਵਾ ਕੇ ਮੋ ਜਾ ਤੇ ਇਹ ਬਹੁਤ ਟਫ ਜੋਬ ਬਣੀ ਤੇ ਦੈਨ ਉਹ ਜਿਹੜਾ ਲਾਸਟ ਪਾਰਟ ਰ ਰ ਰ ਰ ਰ ਉਹ ਥੋੜਾ ਯਾ ਮਿਲ ਗਿਆ ਉਹ ਕਾਪਰੇਸ਼ਨ ਵੀ ਉੱਥੇ ਬਣਾਈ ਤੇ ਮੈਨੂੰ ਏਡੀ ਖੁਸ਼ੀ ਹੋਈ ਬਾਕੀ ਯਾਰ ਸੀਰ ਬਹੁਤ ਬਡੀ ਰਾਈਟਰ ਉਹਨੇ ਬਿਅੰਸਰੀ ਤਰੀਕੇ ਨਾਲ ਤੇ ਮੈਂ ਐਨੇ ਏਡੀ ਬਡੀ ਰਾਈਟਰ ਲਈ ਮੈਂ ਲਹਿਰੇਮ ਬੜਾ ਬਜਾ ਹੈ ਬੋਲਾ ਐਲਰਜੀ ਕੋ ਇਕਸਟੇਂਜ ਹੋਏ ਇੱਕ ਮੈਂ ਬੋਬ ਇਰਵਾ ਸਟੂਡੀਓਜ਼ ਇੰਦੇ ਜਾ ਮੈਂ ਤੇ ਉਹ ਲਾਸਟ ਪਾਰਟ ਜਿਹੜਾ ਪੰਜਾਬੀ ਚ ਸਾਡੇ ਵੀਡੀਓ ਦੇ ਵਿੱਚ ਬਸ ਐਨ ਆਈ ਇੰਟੂ ਵੀਡੀਓ ਪਸੰਦ ਆਈ ਤਾਂ ਵੀ ਟਨ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਐਂਡ ਜਿਹੜੇ ਜਿਹੜੇ ਮੇਰੇ ਦਿਲਜੀਤ ਦੇ ਸਾਨ ਦੇ 팬ਸ ਨੇ ਤੁਹਾਡੇ ਫਰੈਂਡਸ ਦੇ ਵਿੱਚੋਂ ਉਹਨਾਂ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਾਏ ਬਾਏ